ਹਾਂਜੀ ਦੋਸਤੋ, ਆਪਣੇ ਗੀਤਾਂ ਕਰਕੇ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੇ ਸਿੱਧੂ ਮੂਸੇਵਾਲੇ ਨੇ ਆਪਣੇ ਨਵੇਂ ਗੀਤ ਈਸਟ ਸਾਈਡ ਫਲੋ ਦੇ ਨਾਲ ਇੱਕ ਵਾਰ ਫੇਰ ਨਵੀਂ ਚਰਚਾ ਛੇੜ ਦਿੱਤੀ। ਸਿੱਧੂ ਨੇ ਆਪਣੇ ਨਵੇਂ ਗੀਤ ਵਿੱਚ ਆਖਿਆ ਕਿ ਵੱਜੀ ਸੀ ਗੋਲੀ ਪਾਈ ਨਹੀਂ ਸਨੈਪ ਮੈਂ। ਮੂਸੇਵਾਲੇ ਦੇ ਇਸ ਗੀਤ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਚਰਚੇ ਚੱਲ ਪਏ ਹਨ ਕਿ ਆਖਰ ਸਿੱਧੂ ਮੂਸੇਵਾਲੇ ਨੂੰ ਕਿਸ ਨੇ ਅਤੇ ਕਿਉਂ ਗੋਲੀ ਮਾਰੀ ਸੀ। ਹਾਂਜੀ ਦੋਸਤੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸੋਸ਼ਲ ਮੀਡੀਆ 'ਤੇ ਸਿੱਧੂ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਸਦੀ ਬਾਂਹ ਉੱਪਰ ਪੱਟੀ ਕੀਤੀ ਹੋਈ ਸਾਫ਼ ਦਿਖਾਈ ਦੇ ਰਹੀ ਹੈ। ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਵਿੱਚ ਸਾਫ਼ ਆਖਿਆ ਹੈ ਕਿ ਉਸਦੇ ਗੋਲੀ ਲੱਗੀ ਸੀ, ਪਰ ਉਸਨੇ ਫੋਕੀ ਫੇਮ ਦੇ ਲਈ ਕੋਈ ਸਨੈਪ ਨਹੀਂ ਪਾਈ। ਸਿੱਧੂ ਨੇ ਆਪਣੇ ਗੀਤ ਦੇ ਵਿੱਚ ਵੱਜੀ ਗੋਲੀ ਦਾ ਜ਼ਿਕਰ ਹੁਣ ਕੀਤਾ ਹੈ, ਪਰ ਪਹਿਲਾਂ ਕਦੇ ਵੀ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਆਈ। ਹੁਣ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਵੀ ਇਸ ਗੱਲ ਨੂੰ ਜਾਣਨ ਲਈ ਉਤਾਵਲੇ ਹਨ ਕਿ ਆਖਰ ਸਿੱਧੂ ਮੂਸੇਵਾਲੇ ਨੂੰ ਗੋਲੀ ਕਦੋਂ, ਕਿਉਂ ਅਤੇ ਕਿਸ ਨੇ ਮਾਰੀ ਸੀ।